आर्टिकल 370 ਦੇ ਮਾਮਲੇ ਦੇ ਉੱਤੇ ਜੋ ਇਤਿਹਾਸਿਕ ਫੈਸਲਾ ਆਇਆ ਹੈ ਉਹਦੇ ਬਾਰੇ ਗੱਲ ਹੋਰ ਅੱਗੇ ਵਧਾਉਨੇ ਆ। ਸਭ ਤੋਂ ਪਹਿਲਾਂ ਅਸੀਂ ਜ਼ਿਕਰ ਕਰਨਾ ਚਾਹੁੰਦੇ ਹਾਂ ਕਿ ਆਰਟੀਕਲ 370 ਜਿਹੜਾ ਹੈਗਾ ਇਹ ਕਦੋਂ ਹੋਇਆ ਔਰ ਕਿਉਂ ਇਹਦੀ ਜ਼ਰੂਰਤ ਪਈ ਕਨਸਟੀਟਿਊਸ਼ਨ ਦੇ ਵਿੱਚ, ਔਰ ਉਸ ਤੋਂ ਬਾਅਦ 1956 ਚ ਕੀ ਹੋਇਆ, ਔਰ ਪਿਛਲੀ ਸਾਰੀ ਸੈਂਚੁਰੀ ਦੇ ਵਿੱਚ ਆਰਟੀਕਲ 370 ਦੇ ਉੱਤੇ ਕਿਸ ਕਿਸ ਤਰ੍ਹਾਂ ਦੀ ਡਿਸਕਸ਼ਨ ਰਹੀ ਹੈਗੀ ਹੈ, ਉਸ ਤੋਂ ਬਾਅਦ ਆਰਟੀਕਲ 370 ਕਦੋਂ ਖਤਮ ਕੀਤਾ ਗਿਆ। ਖਤਮ ਕਰਨ ਦੇ 48 ਘੰਟੇ ਬਾਅਦ ਹੀ ਬਹੁਤ ਸਾਰੀਆਂ ਜਿਹੜੀਆਂ ਪਟੀਸ਼ਨ ਸੀਗੀਆਂ ਕਿ ਆਰਟੀਕਲ 370 ਭਾਰਤ ਦੀ ਸਰਕਾਰ ਨੂੰ ਨਹੀਂ ਖਤਮ ਕਰਨਾ ਚਾਹੀਦਾ, ਜੰਮੂ ਕਸ਼ਮੀਰ ਦੇ ਵਿੱਚ ਅਲੱਗ ਅਲੱਗ ਜਿਹੜੀਆਂ ਸਟੇਟਸ ਨੇ ਉਹਨਾਂ ਨੂੰ ਅਲੱਗ ਅਲੱਗ ਟੈਰੀਟਰੀਜ਼ ਕਿਉਂ ਬਣਾ ਦਿੱਤਾ ਗਿਆ, ਇਸ ਦੇ ਉੱਤੇ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਖੜੇ ਕੀਤੇ ਗਏ। ਮਾਮਲੇ ਦੀ ਸੁਣਵਾਈ ਅਸੀਂ ਦੱਸ ਦਈਏ ਕਿ ਸੁਪਰੀਮ ਕੋਰਟ ਦੇ ਵਿੱਚ ਹੋਈ, ਇੰਡੀਆ ਦੇ ਸੁਪਰੀਮ ਕੋਰਟ ਦੇ ਵਿੱਚ, ਔਰ ਇਹਦੇ ਵਿੱਚ 5 ਜੱਜਸ ਦਾ ਇੱਕ ਬੈਂਚ ਬਣਾਇਆ ਗਿਆ ਜਿਹਨੂੰ ਕਿ ਖੁਦ ਸੁਪਰੀਮ ਕੋਰਟ ਦੇ ਚੀਫ ਜਸਟਿਸ ਚੰਦਰਚੂੜ ਸਿੰਘ ਜੀ ਜਿਹੜੇ ਉਹਨੂੰ ਲੀਡ ਕਰ ਰਹੇ ਸੀਗੇ। ਹੁਣ ਇਸ ਮਾਮਲੇ ਦੇ ਉੱਤੇ ਜਿਸ ਤਰ੍ਹਾਂ ਕਿ ਹੁਣੇ ਸ਼ੈਲੀ ਜੀ ਨੇ ਵੀ ਦੱਸਿਆ ਹੈ ਕਿ ਜਿਹੜੀ ਹੈ ਡਿਸੀਜਨ ਜਿਹੜਾ ਉਹ ਇਸ ਮਾਮਲੇ ਦੇ ਵਿੱਚ ਆ ਗਿਆ, ਤਿੰਨ ਤਰ੍ਹਾਂ ਦੇ ਫੈਸਲੇ ਇਹਦੇ ਵਿੱਚ ਆਏ ਆ। ਪਹਿਲਾ ਫੈਸਲਾ ਇਹ ਹੈਗਾ ਕਿ ਆਰਟੀਕਲ 370 ਜਿਹੜਾ ਹੈਗਾ ਜੋ ਸਰਕਾਰ ਨੇ ਖਾਰਿਜ ਕੀਤਾ ਸੀ ਉਸ ਨੂੰ ਸਹੀ ਠਹਿਰਾਇਆ ਸੁਪਰੀਮ ਕੋਰਟ ਨੇ। ਦੂਸਰਾ ਇਸ ਦੇ ਵਿੱਚ ਜੋ ਅਹਿਮ ਫੈਸਲਾ ਆਇਆ ਹੈਗਾ ਕਿ ਜਿਹੜੇ ਜੰਮੂ ਕਸ਼ਮੀਰ ਹੈਗਾ ਉਹਨੂੰ ਦੁਬਾਰਾ ਤੋਂ ਜਿਹੜਾ ਰਾਜ ਦਾ ਦਰਜਾ ਜਿਹੜਾ ਉਹ ਬਹਾਲ ਕੀਤਾ ਜਾਵੇ। ਤੀਸਰਾ ਅਹਿਮ ਫੈਸਲਾ ਹੈਗਾ ਕਿ ਅਗਲੇ ਸਾਲ 2024 30 ਸਪਟੰਬਰ ਤੋਂ ਪਹਿਲਾਂ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਇਲੈਕਸ਼ਨ ਜਿਹੜੀਆਂ ਨੇ ਉਹ ਕਰਵਾਈਆਂ ਜਾਣ। ਇਸ ਤੋਂ ਬਾਅਦ ਬਹੁਤ ਸਾਰੀਆਂ ਰਿਐਕਸ਼ਨ ਆਈਆਂ ਨੇ ਕਿ ਇਹ ਆਰਟੀਕਲ, ਕੁਝ ਲੋਕਾਂ ਨੇ ਇਸ ਫੈਸਲੇ ਨੂੰ ਪਸੰਦ ਕੀਤਾ, ਕੁਝ ਲੋਕਾਂ ਨੇ ਇਸ ਫੈਸਲੇ ਨੂੰ ਨਹੀਂ ਪਸੰਦ ਕੀਤਾ। ਇਹਦੀ ਸਾਰੀ ਜਿਹੜੀ ਡਿਟੇਲ ਹੈ ਉਹ ਹੁਣ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਅਸੀਂ ਸ਼ੁਰੂਆਤ ਕਰਦੇ ਹੈਗੇ ਹਾਂ ਕਿ ਜ਼ਿਆਦਾਤਰ ਜਿਹੜੇ ਰੂਲਿੰਗ ਪਾਰਟੀ ਦੇ ਮੈਂਬਰ ਸੀਗੇ ਉਹਨਾਂ ਸਾਰਿਆਂ ਨੇ ਹੀ ਇਸ ਜੋ ਇਹ ਡਿਸੀਜਨ ਆਇਆ ਇਹਦਾ ਸਵਾਗਤ ਕੀਤਾ ਗਿਆ ਹੈਗਾ, ਔਰ ਇਹਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਵੀ ਕਿਹਾ ਹੈ ਕਿ ਇਹ ਡਿਸੀਜਨ ਇੱਕ ਇਤਿਹਾਸਿਕ ਡਿਸੀਜਨ ਹੈ ਔਰ ਅਸੀਂ ਇਸ ਡਿਸੀਜਨ ਦਾ ਸਵਾਗਤ ਕਰਦੇ ਹਾਂ। ਇਸ ਮਾਮਲੇ 'ਚ ਜਿੱਥੇ ਅਸੀਂ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਦੇਰ ਤੱਕ ਸਰਵ ਕੀਤਾ ਕੇਜੀਐਸ ਢਿੱਲੋਂ ਨੇ, ਆਰਮੀ ਅਫਸਰ ਨੇ ਜਨਰਲ ਕੇਜੇ ਢਿੱਲੋਂ, ਉਹਨਾਂ ਨੇ ਵੀ ਇਸ ਮਾਮਲੇ ਦਾ ਸਵਾਗਤ ਕੀਤਾ, ਲੇਕਿਨ ਕਾਂਗਰਸ ਪਾਰਟੀ ਨੇ ਇਹਦੇ ਉੱਤੇ ਜਿਹੜੇ ਆ ਉਹ ਸਵਾਲ ਜਿਹੜੇ ਨੇ ਉਹ ਖੜੇ ਕਰ ਦਿੱਤੇ ਨੇ ਕਿ ਸ਼ਾਇਦ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਠੀਕ ਚੀਜ਼ ਨਹੀਂ ਹੈ। ਸੋ ਵਾਰੀ ਵਾਰੀ ਤੁਹਾਨੂੰ ਸਾਰਿਆਂ ਦੇ ਬਿਆਨ ਜਿਹੜੇ ਉਹ ਵੀ ਅਸੀਂ ਸੁਣਾਉਣ ਜਾ ਰਹੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦਾ ਆਰਟੀਕਲ 370 ਦੇ ਉੱਤੇ ਸੁਪਰੀਮ ਕੋਰਟ ਦਾ ਜੋ ਫੈਸਲਾ ਹੈ ਉਹਦੇ ਤੇ ਆਪਣੇ ਬਿਆਨ ਉਹਨਾਂ ਨੇ ਜਾਰੀ ਕੀਤੇ ਨੇ। ਆਪਕੇ ਮਾਤਾ ਪਿਤਾ ਕੋ ਜਿਨ ਮੁਸੀਬਤੋਂ ਸੇ ਜ਼ਿੰਦਗੀ ਜੀਣੀ ਪੜੀ, ਮੇਰੇ ਨੌਜਵਾਨ ਆਪਕੋ ਕਭੀ ਵੀ ਐਸੀ ਮੁਸੀਬਤੋਂ ਸੇ ਜ਼ਿੰਦਗੀ ਜੀਣੀ ਨਹੀਂ ਪੜੇਗੀ, ਯੇ ਮੈਂ ਕਰਕੇ ਦਿਖਾਉਂਗਾ, ਯੇ ਮੈਂ ਆਪਕੋ ਵਿਸ਼ਵਾਸ ਦਿਲਾਨੇ ਆਇਆ ਹੂੰ। ਔਰ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਜੋ ਓਪੋਜੀਸ਼ਨ ਹੈਗੀ ਆ ਉਹਨਾਂ ਨੇ ਇਸ ਦੇ ਉੱਤੇ ਸਵਾਲ ਖੜੇ ਕੀਤੇ ਨੇ, ਉਹਨਾਂ ਦਾ ਕਹਿਣਾ ਹੈਗਾ ਕਿ ਇਹ ਫੈਸਲਾ ਠੀਕ ਨਹੀਂ ਹੈ, ਔਰ ਯਾਦ ਰਹੇ ਕਿ ਓਪੋਜੀਸ਼ਨ ਦੇ ਬੜੇ ਸਾਰੇ ਲੀਡਰ ਜਿਹੜੇ ਸੀਗੇ ਉਹ ਇਹਦੇ ਵਿੱਚ ਸ਼ਾਮਿਲ ਸੀਗੇ ਜਿਨ੍ਹਾਂ ਨੇ ਕਿ ਇਸ ਦੇ ਉੱਤੇ ਸਵਾਲ ਜਿਹੜੇ ਨੇ ਉਹ ਪਹਿਲਾਂ ਵੀ ਖੜੇ ਕੀਤੇ ਸੀ। ਕਾਂਗਰਸ ਪਾਰਟੀ ਵੱਲੋਂ ਪੀ ਚਿਦੰਬਰਮ ਸਾਹਿਬ ਜਿਹੜੇ ਕਿ ਖੁਦ ਪੇਸ਼ੇ ਤੋਂ ਵਕੀਲ ਵੀ ਹੈਗੇ ਨੇ ਔਰ ਕਾਂਗਰਸ ਦੀ ਵੱਖ ਵੱਖ ਗੌਰਮੈਂਟ ਦੇ ਵਿੱਚ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਨੇ, ਉਹਨਾਂ ਨੇ ਕਿਹਾ ਹੈ ਕਿ ਉਹ ਇਸ ਫੈਸਲੇ ਤੋਂ ਡਿਸਅਪੁਆਇੰਟਡ ਨੇ, ਇਹ ਫੈਸਲਾ ਜਿਹੜਾ ਉਹ ਠੀਕ ਨਹੀਂ ਹੈ, ਦੇਸ਼ ਵਾਸਤੇ ਵੀ ਇਹ ਫੈਸਲਾ ਜਿਹੜਾ ਉਹਨਾਂ ਨੇ ਕਿਹਾ ਹੈ ਕਿ ਠੀਕ ਨਹੀਂ ਹੈ। ਇਸ ਤੋਂ ਇਲਾਵਾ ਅਸੀਂ ਦੱਸ ਦਈਏ ਕਿ ਗੁਲਾਮ ਨਬੀ ਆਜ਼ਾਦ ਜਿਹੜੇ ਨੇ ਉਹਨਾਂ ਨੇ ਵੀ ਆਪਣੀ ਇਸ ਮਾਮਲੇ ਦੇ ਉੱਤੇ ਡਿਸਅਪੁਆਇੰਟਮੈਂਟ ਜਿਹੜੀ ਜਤਾਈ, ਉਹਨਾਂ ਨੇ ਕਿਹਾ ਕਿ ਫੈਸਲਾ ਜਿਹੜਾ ਉਹ ਠੀਕ ਨਹੀਂ ਹੈ। ਮਹਾਰਾਜਾ ਹਰੀ ਸਿੰਘ ਉਹਨਾਂ ਦੇ ਜਿਹੜੇ ਬੇਟੇ ਨੇ ਉਹਨਾਂ ਨੇ ਸੁਪਰੀਮ ਕੋਰਟ ਦੀ ਜਿਹੜੀ ਵਰਡਿਕਟ ਆ ਉਹਨੂੰ ਸਹੀ ਠਹਿਰਾਇਆ, ਉਹਨਾਂ ਨੇ ਕਿਹਾ ਕਿ ਇਹ ਸਹੀ ਫੈਸਲਾ ਹੈ। ਲੀਡ ਕਰ ਰਹੇ ਸੀ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਪਾਰਲੀਮੈਂਟ ਦੇ ਵਿੱਚ ਇੰਡੀਆ ਦੇ ਹੋਮ ਮਿਨਿਸਟਰ ਅਮਿਤ ਸ਼ਾਹ, ਜਿਨ੍ਹਾਂ ਨੇ ਕਿ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਸਹੀ ਠਹਿਰਾਇਆ। ਜੰਮੂ ਐਂਡ ਕਸ਼ਮੀਰ ਕੇ ਪੀਏਕੋ ਕੋ ਆਪ ਭਾਰਤ ਕਾ ਹਿੱਸਾ ਨਹੀਂ ਮੰਨਦੇ ਹੋ ਕਿਆ? ਐਗਰੈਸਿਵ ਨਾ ਹੋ, ਜਾਨ ਦੇ ਦੇਂਗੇ ਇਸਕੇ ਲੀਏ। ਕਿਆ ਬਾਤ ਕਰ ਰਹੇ ਹੋ ਆਪ, ਐਗਰੈਸਿਵ ਹੋਣੇ ਕੀ ਕਿਆ ਬਾਤ ਕਰ ਰਹੇ ਹੋ? ਸੋ ਬਾਅਦ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਜੋ ਜਨਰਲ ਕੇਜੀਐਸ ਢਿੱਲੋਂ ਕਾਫੀ ਦੇਰ ਤੋਂ ਉਹਨਾਂ ਨੇ ਸਰਵ ਕੀਤਾ ਹੈਗਾ ਜੰਮੂ ਕਸ਼ਮੀਰ ਦੇ ਵਿੱਚ, ਔਰ ਉਹਨਾਂ ਨੂੰ ਅੰਦਰੂਨੀ ਹਾਲਾਤ ਵੀ ਪਤਾ ਨੇ, ਉਹਨਾਂ ਨੇ ਵੀ ਆਪਣੇ ਵਿਚਾਰ ਦਿੱਤੇ ਨੇ। ਜਨਰਲ ਕੇਜੀਐਸ ਢਿੱਲੋਂ, ਗੁਰਬਤ ਕੀ ਜ਼ਿੰਦਗੀ ਸੇ ਬਾਹਰ ਨਿਕਲ ਕੇ ਪ੍ਰੋਗਰੈਸਿਵ ਜ਼ਿੰਦਗੀ, ਐਜੂਕੇਟਿਡ ਜ਼ਿੰਦਗੀ, ਜ਼ਿਆਦਾ ਜੋਬ ਅਪਰਚੁਨਿਟੀਜ਼, ਜ਼ਿਆਦਾ ਟੂਰਿਜ਼ਮ, ਜ਼ਿਆਦਾ ਆਪਣਾ ਫਾਇਦਾ ਮੁਨਾਫਾ ਜਾਂ ਘਰ ਕੀ ਆਮਦਨ ਬੜੇਗੀ। ਇਹ ਜੋ ਧਾਰਾ 370 ਔਰ 35 ਸੇ ਇਹ ਜਬ अपने कॉन्स्टिट्यूशन में या संविधान में इसको ऐड किया गया था या जोड़ा गया था तो देवर टेम्परेरी एंड ट्रांजिशनल इन नेचर, लेकिन बिकॉज ऑफ वेरियस रीजन, सम पॉलिटिकल, सम अदरवाइज, इनको लगातार संविधान के अंदर जारी रखा गया। और 370 के तहत यह था कि जम्मू एंड कश्मीर में भारत का संविधान लागू नहीं होगा, वहां पर रणबीर पैनल कोर्ट के तहत पूरी कार्रवाई चलेगी। सो दिस हैड लॉट ऑफ ड्रॉबैक्स, मैंने इसके बारे में अपनी किताब में बहुत
डिटेल में लिखा है कितने गाजी आए कितने गाजी गए में, और क्योंकि जिस दिन 370 और 35 से हटाई गई 5 अगस्त 2019, मैं उस टाइम पे चिनार कोर का कोर कमांडर था, कश्मीर का कोर कमांडर था, जिसका लाइन ऑफ कंट्रोल और वादी के भीतर पूरे मिलिट्री ऑपरेशंस का मैं जिम्मेवार था। तो इसको एब्रोगेट करने के लिए एक बहुत सोचे समझे तरीके से ये तरतीब बनाई गई और इसको एग्जीक्यूट किया गया। 370 जैसे आपने पूछा कि मैं कैसे देखता हूं, मैं इसको देखता हूं कश्मीर और जम्मू और कश्मीर की खुशहाली के तौर, जम्मू और कश्मीर का जो अवाम है उनके लिए गुर्बत की जिंदगी से बाहर निकल के प्रोग्रेसिव जिंदगी, एजुकेटेड जिंदगी, ज्यादा जॉब अपॉर्चुनिटीज, ज्यादा टूरिज्म, ज्यादा अपना फायदा मुनाफा।